ਡੇਰਾਬਸੀ ਦੇ ਨਾਲ ਲੱਗਦੇ ਪਿੰਡ ਜਵਾਹਰਪੁਰ ਦੇ ਹਾਲਾਤ ਦਿਨ ਪਰ ਦਿਨ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ। ਇਸ ਇਕੱਲੇ ਪਿੰਡ ਵਿੱਚ ਹੀ ਕੋਰੋਨਾ ਵਾਇਰਸ ਦੇ 22 ਮਰੀਜ਼ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ, ਜਿਸ ਕਾਰਨ ਮੋਹਾਲੀ ਪ੍ਰਸ਼ਾਸਨ ਦੀ ਚਿੰਤਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਸ਼ਾਸਨ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਵੀ ਸੈਂਪਲ ਲਏ ਜਾ ਚੁੱਕੇ ਨੇ। ਪੂਰੇ ਪੰਜਾਬ 'ਚ ਮੋਹਾਲੀ ਦੇ ਡੇਰਾ ਬਸੀ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਕੇਸ ਦੇਖਣ ਨੂੰ ਮਿਲੇ ਨੇ। ਇਸ ਸਮੇਂ ਪਿੰਡ ਜਵਾਹਰਪੁਰ 'ਚ ਕਿਸ ਤਰ੍ਹਾਂ ਦੇ ਤਾਜ਼ਾ ਹਾਲਾਤ ਨੇ, ਇਸ ਬਾਰੇ ਤਾਜ਼ਾ ਜਾਣਕਾਰੀ ਲਈ ਜੁੜਦੇ ਹਾਂ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਖੋਖਰ ਦੇ ਨਾਲ। ਖੋਖਰ ਜੀ, ਸਮੇਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਜਵਾਹਰਪੁਰ ਦੀ, ਕਿਉਂਕਿ ਉੱਥੋਂ ਦੇ ਕਾਫੀ ਲੋਕ ਹੈ, ਜਾਂ ਕਹਿ ਲਈਏ ਪੂਰਾ ਪਿੰਡ ਹੀ ਉਹਨੂੰ ਸੀਲ ਕੀਤਾ ਗਿਆ। ਤਾਜ਼ਾ ਹਾਲਾਤ ਕੀ ਕਹਿੰਦੇ ਨੇ, ਕੀ ਸਿਚੁਏਸ਼ਨ ਹੈ ਉੱਥੋਂ ਦੀ? ਸਿੰਦਰਜੀਤ, ਜੋ ਜਵਾਹਰਪੁਰ ਪਿੰਡ ਆ ਡੇਰਾਬਸੀ ਦੇ ਬਿਲਕੁਲ ਨਾਲ ਹੈ ਜੀ, ਚੰਡੀਗੜ੍ਹ ਜੋ ਦਿੱਲੀ ਰੋਡ ਆ ਉਹਦੇ ਉੱਤੇ ਮੇਨ ਲੱਗਦਾ ਹੈ ਜੀ। ਜੀ, ਪਿੰਡ ਦੇ ਵਿੱਚ ਆਪਾਂ ਕਹਿ ਲਈਏ ਕਿ ਫੁੱਲ 24 ਘੰਟੇ ਦਾ ਕਰਫਿਊ ਹੈ ਇੱਕ ਤਰ੍ਹਾਂ ਨਾਲ ਜੀ। ਪਿੰਡ ਦੇ ਵਿੱਚੋਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਕੋਈ ਪਿੰਡ ਦਾ ਬੰਦਾ ਨਾ ਬਾਹਰ ਸਕਦਾ ਨਾ ਆ ਸਕਦਾ। ਔਰ ਕਿਸਾਨਾਂ ਦੀਆਂ ਵੀ ਇੱਥੇ ਦਿੱਕਤਾਂ ਜ਼ਰੂਰ ਬਣੀਆਂ ਹੋਈਆਂ ਨੇ, ਕਿਉਂਕਿ ਜੋ ਡੇਅਰੀ ਫਾਰਮ ਵਾਲੇ ਨੇ ਉਹ ਕਹਿ ਰਹੇ ਨੇ ਸਾਡੀ ਪਰੇਸ਼ਾਨੀ ਆ, ਸਾਨੂੰ ਨੁਕਸਾਨ ਹੋ ਰਿਹਾ। ਜਿਨ੍ਹਾਂ ਨੇ ਸਬਜ਼ੀਆਂ ਲਾਈਆਂ ਨੇ ਉਹਨਾਂ ਨੂੰ ਬਿਲਕੁਲ ਰੋਕ ਦਿੱਤਾ ਗਿਆ, ਉਹ ਮੰਡੀ ਵਿੱਚ ਨਹੀਂ ਜਾਣ ਦਿੱਤੇ ਜਾ ਰਹੇ। ਵੱਡੀ ਗੱਲ, ਪ੍ਰਸ਼ਾਸਨ ਨੇ ਪੂਰੀ ਹੁਣ ਚੌਕਸੀ ਇਹ ਵਰਤ ਲਈ ਕਿ ਪੂਰੇ ਪਿੰਡ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਜਾਂ ਜੋ ਜਿਵੇਂ ਡੇਰਾਬਸੀ ਸ਼ਹਿਰ ਆ, ਇੱਥੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ। ਜਿਸ ਤਰ੍ਹਾਂ ਸਬਜ਼ੀ ਮੰਡੀ ਸਵੇਰੇ ਸਵੇਰੇ ਲੱਗਦੀ ਸੀ ਪੁਰਾਣੀ ਅਨਾਜ ਜਿੱਥੇ ਸਬਜ਼ੀ ਮੰਡੀ ਸੀਗੀ, ਉਹ ਬਦਲ ਕੇ ਹੁਣ ਅਨਾਜ ਮੰਡੀ ਵਾਲੀ ਖੁੱਲੀ ਥਾਂ ਤੇ ਕਰਤੀ, ਤੇ ਆੜ੍ਹਤੀਆਂ ਨੂੰ ਆਦੇਸ਼ ਦਿੱਤੇ ਨੇ ਕਿ ਉਹ ਮਾਸਕ ਜ਼ਰੂਰ ਲਾਉਣ, ਨਾਲ ਇਹ ਵੀ ਕਿਹਾ ਗਿਆ ਕਿ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਜਾਵੇ, ਜਿਹੜਾ ਇਹਦਾ ਉਲੰਘਣ ਕਰੇਗਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਬਕਾਇਦਾ DSP ਤੇ ਜੋ ਪੁਲਿਸ ਇੰਸਪੈਕਟਰ ਨੇ ਉਸ ਏਰੀਏ ਦਾ ਦੌਰਾ ਕਰਦੇ ਨੇ, ਸਮੇਂ ਸਮੇਂ ਤੇ ਜੋ DC ਮੋਹਾਲੀ ਨੇ ਉਹ ਵੀ ਜਾਂਦੇ ਨੇ, ਤੇ SSP ਵੀ ਗੇੜੇ ਮਾਰਦੇ ਨੇ। ਨਾਲ ਇਹ ਵੀ ਜਾਣਕਾਰੀ ਦੇ ਦਾਂਗੇ ਜੋ ਇੱਥੋਂ ਦੇ 22 ਪੋਜ਼ਿਟਿਵ ਮਰੀਜ਼ ਨੇ ਉਹਨਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਰੱਖਿਆ ਹੋਇਆ ਜੀ। ਕਈ ਵਾਰੀ ਦੇਰ ਰਾਤ ਜਾਂ ਅੱਜ ਸਵੇਰੇ ਕੁਝ ਪੋਜ਼ਿਟਿਵ ਰਿਪੋਰਟਾਂ ਹੋਰ ਆ ਜਾਂਦੀਆਂ ਸਨ ਜੀ। ਜੀ, ਫਿਲਹਾਲ ਕੋਈ ਨਵੀਂ ਰਿਪੋਰਟ ਤਾਂ ਨਹੀਂ ਸਾਹਮਣੇ ਆਈ ਜੀ, ਪਰ ਜਿਹੜੇ ਇਸ ਪਿੰਡ ਦੇ ਲੋਕੀ ਤੇ ਹੋਰ ਲੋਕ ਸੰਪਰਕ ਦੇ ਵਿੱਚ ਸਨ ਜੀ, ਉਹਨਾਂ ਦੀ ਜ਼ਰੂਰ ਸ਼ਨਾਖਤ ਕੀਤੀ ਜਾ ਰਹੀ ਹੈ। ਕੀ ਇਹਨਾਂ ਦੀ ਕਿਸੇ ਦੀ ਸੈਂਪਲਿੰਗ ਜਿਹੜੀ ਰਿਪੋਰਟ ਹੈ ਉਹ ਆਉਣੀ ਹਜੇ ਬਾਕੀ ਹੈ ਕਿ ਸਾਰਿਆਂ ਦੀ ਆ ਚੁੱਕੀ ਹੈ? ਤਕਰੀਬਨ ਹਜੇ 100-150 ਬੰਦੇ ਦੀ ਹਜੇ ਹੋਰ ਸੈਂਪਲ ਲਏ ਨੇ, ਉਹਨਾਂ ਦੀ ਰਿਪੋਰਟ ਆਏਗੀ, ਉਦੋਂ ਬਾਅਦ ਪਤਾ ਲੱਗੇਗਾ ਕਿ ਹੋਰ ਲੋਕਾਂ ਨੂੰ ਹੋਇਆ ਨਹੀਂ ਹੋਇਆ। ਪਰ ਇੱਕ ਚਿੰਤਾ ਵਾਲੀ ਗੱਲ ਇਹ ਹੈ ਕਿ ਪਿੰਡ ਦੇ ਇੱਕ ਕਰਿਆਨਾ ਦੀ ਦੁਕਾਨ ਦੇ ਜੋ ਸੀਗਾ ਦੁਕਾਨਦਾਰ, ਉਹਨੂੰ ਵੀ ਕੋਰੋਨਾ ਦਾ ਪੋਜ਼ਿਟਿਵ ਆ ਗਿਆ। ਉਹ ਲੋਕ ਉਸ ਦੁਕਾਨਦਾਰ ਤੋਂ ਕਿੰਨੇ ਲੋਕਾਂ ਨੇ ਸੌਦਾ ਲਿਆ ਹੋਣਾ, ਬਿਲਕੁਲ ਅੱਗੇ ਹੋਰ ਕਿੰਨੇ ਲੋਕਾਂ ਨੂੰ ਮਿਲੇ ਹੋਣੇ। ਇੱਕ ਤਾਂ ਇਹ ਵੀ ਹੈ ਕਿ ਜੋ ਕੋਰੋਨਾ ਦਾ ਪੋਜ਼ਿਟਿਵ ਮਰੀਜ਼ ਆ ਉਹ ਚੰਡੀਗੜ੍ਹ ਦੇ ਕਿਸੇ ਵਿਅਕਤੀ ਨੂੰ ਮਿਲਿਆ ਸੀ, ਉਹਦੀ ਫਿਰ ਸ਼ਨਾਖਤ ਕੀਤੀ ਗਈ। ਤੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 4-5 ਜਿਹੜੇ ਇੰਪਲਾਈਜ਼ ਨੇ ਉਸ ਪਿੰਡ ਦੇ ਜਵਾਹਰਪੁਰਾ ਦੇ, ਉਹ ਫਿਰ ਮੁਲਾਜ਼ਮਾਂ ਨੇ ਅੱਗੇ ਕਿੰਨਿਆਂ ਨੂੰ ਨਾ ਕਿਤੇ ਵੰਡਤਾ ਹੋਵੇ, ਇਹ ਕਿੰਨਿਆਂ ਨੂੰ ਫਲਾਅ ਨਾ ਦਿੱਤਾ ਹੋਵੇ, ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਰਾਸ਼ਨ ਪਾਣੀ ਦਾ ਕਿਸ ਤਰ੍ਹਾਂ ਪ੍ਰਬੰਧ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ, ਕਿਉਂਕਿ ਇਹ ਹਾਲਾਤ ਕਾਫੀ ਮੁਸ਼ਕਲ ਹੋ ਜਾਂਦੇ ਨੇ, ਪਿੰਡ ਭਾਵੇਂ ਸੀਲਡ ਕੀਤਾ ਪਰ ਉਸ ਤੱਕ ਖਾਣ ਪੀਣ ਦੀ ਰਸਤਾ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ? ਦੇਖੋ, ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਸਰਕਾਰ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ। ਪਹਿਲਾਂ ਵਾਂਗੂ ਨੂੰ ਕਿ ਇਕੱਠੇ ਗਰੁੱਪ ਦੇ ਵਿੱਚ ਬਣਾ ਲਓ ਤੇ ਫੋਟੋਆਂ ਕਰਾ ਲਓ, ਹੁਣ ਬਕਾਇਦਾ ਦੂਰੀ ਬਣਾ ਕੇ ਇਹਨਾਂ ਨੂੰ ਸਰਕਾਰ ਜੋ ਰਾਸ਼ਨ ਪਹੁੰਚਾ ਰਹੀ ਹੈ। ਜਿਹੜੇ ਸਾਡੇ ਕੋਲ ਪਹਿਲੀ ਲੋਕਾਂ ਨੇ ਰਾਸ਼ਨ ਲਿਆ ਹੋਇਆ ਜਾਂ ਕੁਛ ਟਾਈਮ ਉਹਨਾਂ ਨੂੰ ਖੁੱਲ ਵੀ ਦਿੱਤੀ ਜਾਂਦੀ ਤੇ ਦੁਕਾਨ ਤੋਂ ਤੁਸੀਂ ਸੌਦਾ ਲੈ ਲਵੋ, ਪਰ ਉਹ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ, ਨਾ ਪਿੰਡ ਦੇ ਵਿੱਚ ਕੋਈ ਹੋਰ ਆ ਸਕਦਾ। ਕੁਛ ਦੁਕਾਨਦਾਰਾਂ ਨੂੰ ਇੰਨੀ ਕੁ ਖੁੱਲ ਹੈਗੀ ਕਿ ਰਾਸ਼ਨ ਜ਼ਰੂਰ ਉਹ ਇਹਨਾਂ ਨੂੰ ਮੁਹੱਈਆ ਕਰਵਾ ਦੇਣ, ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਇੱਥੋਂ ਪਿੰਡ ਦੇ ਜੋ ਮਰੀਜ਼ ਨੇ ਪੋਜ਼ਿਟਿਵ ਪਾਏ ਗਏ ਨੇ, ਇਹਨਾਂ ਚੋਂ ਹਜੇ ਰਿਕਵਰੀ ਕਿਸੇ ਨਹੀਂ ਹੋਈ, ਜਿਸ ਤਰ੍ਹਾਂ ਦੂਸਰੀ ਰਿਪੋਰਟ ਨੈਗੇਟਿਵ ਆ ਜਾਂਦੀ ਹੈ। ਪਰ ਨਾਲ ਮੋਹਾਲੀ ਸ਼ਹਿਰ ਦੇ ਵਿੱਚ ਜ਼ਰੂਰ 5 ਮਰੀਜ਼ ਠੀਕ ਹੋ ਚੁੱਕੇ ਨੇ, ਇਹ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਲਈ ਇੱਕ ਖੁਸ਼ੀ ਵਾਲੀ ਖਬਰ ਵੀ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਖੋਖਰ ਜੀ, ਤੁਹਾਡੇ ਨਾਲ ਲਗਾਤਾਰ ਅਸੀਂ ਸੰਪਰਕ ਕਰਦੇ ਰਹਾਂਗੇ ਹੋਰ ਜਾਣਕਾਰੀ ਲਈ। ਫਿਲਹਾਲ ਲਈ ਬਹੁਤ ਬਹੁਤ ਧੰਨਵਾਦ। ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 130 ਤੱਕ ਪਹੁੰਚ ਗਈ ਹੈ ਅਤੇ ਸੂਬੇ ਦੇ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 11 ਮੌਤਾਂ ਹੋ ਚੁੱਕੀਆਂ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 37 ਕੋਰੋਨਾ ਵਾਇਰਸ ਦੇ ਮਰੀਜ਼ ਹੁਣ ਤੱਕ ਸਾਹਮਣੇ ਆ ਗਏ ਨੇ। ਬਿਊਰੋ ਰਿਪੋਰਟ,